ਤੇ ਅੱਜ ਜਿਹੜਾ ਇਕੱਠ ਰੱਖਿਆ ਸੀਗਾ ਜੀ, ਇਸ ਮਕਸਦ ਰੱਖਿਆ ਸੀ। ਇਹ ਪਿੰਡ ਅਖਾੜਾ ਜਗਰਾਓਂ ਦਾ ਰਾਏਕੋਟ ਰੋਡ ਤੇ ਹਟੂਰ ਰੋਡ ਤੇ ਵਸਦਾ ਸਭ ਤੋਂ ਵੱਡਾ ਪਿੰਡ। ਇਸ ਪਿੰਡ ਦੀਆਂ ਜੜਾਂ ਦੇ ਵਿੱਚ ਇੱਕ ਬਾਇਓਗੈਸ ਫੈਕਟਰੀ ਹੈ ਜਿਹੜੀ ਉਹ ਲੱਗਣ ਜਾ ਰਹੀ ਹੈ। ਇਹ ਬਾਇਓਗੈਸ ਫੈਕਟਰੀ ਹੈ ਜਿਹੜੀ, ਇਹਦੇ ਖਿਲਾਫ 30 ਅਪ੍ਰੈਲ ਤੋਂ ਜਾਨੀ ਅੱਜ 139 ਦਿਨ ਹੋ ਗਏ, ਪੂਰਾ ਪਿੰਡ ਧਰਨੇ ਤੇ ਬੈਠਾ, ਦਿਨ ਰਾਤ ਦਾ ਧਰਨਾ ਚੱਲਦਾ ਔਰ ਲੋਕ ਇਹ ਮੰਗ ਕਰ ਰਹੇ ਆ ਪੰਜਾਬ ਦੀ ਸਰਕਾਰ ਤੋਂ ਕਿ ਇਹ ਬਾਇਓਗੈਸ ਫੈਕਟਰੀ ਪੱਕੇ ਤੌਰ ਤੇ ਜਿਹੜੀ ਉਹ ਬੰਦ ਕੀਤੀ ਜਾਵੇ, ਇਹਦਾ ਲਾਇਸੈਂਸ ਹੈ ਜਿਹੜਾ ਉਹ ਰੱਦ ਕੀਤਾ ਜਾਵੇ। ਅਸੀਂ ਅੱਜ ਜਿਹੜੀ ਤਾਲਮੇਲ ਕਮੇਟੀ ਸਾਰੇ ਮੋਰਚੇ ਜੋ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਚੱਲ ਰਹੇ ਨੇ, ਘੁੰਗਰਾਲੀ, ਰਾਜਪੂਤਾਂ, ਮੁਸ਼ਕਾਬਾਦ, ਅਖਾੜਾ, ਭੂੰਦੜੀ ਔਰ ਇਸ ਤੋਂ ਬਿਨਾਂ ਜਲੰਧਰ ਦੇ ਵਿੱਚ ਭੋਗਪੁਰ, ਇਹਨਾਂ ਸਾਰੇ ਮੋਰਚਿਆਂ ਦੀ ਇੱਕ ਸਾਂਝੀ ਤਾਲਮੇਲ ਕਮੇਟੀ ਬਣੀ ਹੈ। ਉਹਦੇ ਅੱਜ ਜਿਹੜੇ ਆਗੂ ਵੱਡੀ ਗਿਣਤੀ ਦੇ ਵਿੱਚ ਆਪਣੇ ਨੁਮਾਇੰਦਿਆਂ ਦੇ ਨਾਲ ਅੱਜ ਅਖਾੜਾ ਫੈਕਟਰੀ ਦੇ ਅੱਗੇ ਲੱਗੇ ਧਰਨੇ 'ਚ ਪਹੁੰਚੇ ਆ ਔਰ ਇਸ ਧਰਨੇ 'ਚ ਪਹੁੰਚ ਕੇ ਇਹ ਗੱਲ ਪੂਰੇ ਜ਼ੋਰ ਦੇ ਨਾਲ ਸਥਾਪਿਤ ਕੀਤੀ ਜਾ ਰਹੀ ਹੈ ਕਿ ਅਖਾੜਾ ਪਿੰਡ ਦੇ ਵਿੱਚ ਇਹ ਬਾਇਓਗੈਸ ਫੈਕਟਰੀ ਨਹੀਂ ਲੱਗੂਗੀ, ਕਿਉਂਕਿ ਬੁਲਾਰਿਆਂ ਦਾ ਇਹ ਵਿਚਾਰ ਹੈ, ਸਾਡਾ ਇਹ ਵਿਚਾਰ ਹੈ ਕਿ ਅਸੀਂ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਵੀਕੇ ਸਿੰਘ ਦੇ ਨਾਲ ਦੋ ਮੀਟਿੰਗਾਂ ਦੇ ਵਿੱਚ ਸਾਡੇ ਜਿਹੜੇ ਮਾਹਰ ਵਿਗਿਆਨੀ ਨੇ ਉਹਨਾਂ ਨੇ ਸਾਬਤ ਕਰ ਦਿੱਤਾ ਤੱਥਾਂ ਨਾਲ, ਦਲੀਲਾਂ ਨਾਲ, ਵਿਗਿਆਨ ਨਾਲ ਕਿ ਇਹ ਫੈਕਟਰੀਆਂ ਪ੍ਰਦੂਸ਼ਣ ਤਾਂ ਫੈਲਾਉਣਗੀਆਂ ਹੀ ਫੈਲਾਉਣਗੀਆਂ, ਬਦਬੂ ਵੀ ਫੈਲਾਉਣਗੀਆਂ। ਇਹ ਫੈਕਟਰੀਆਂ ਦੇ ਲੱਗਣ ਦੇ ਨਾਲ ਸਾਹ ਲੈਣਾ ਔਖਾ ਹੋਊਗਾ, ਪਾਣੀ ਪ੍ਰਦੂਸ਼ਿਤ ਹੋਊ, ਹਵਾ ਪ੍ਰਦੂਸ਼ਿਤ ਹੋਊ, ਪਰ ਇਹਦੇ ਨਾਲ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦਾ ਜਿਹੜਾ ਵੇਸਟ ਹੈ, ਇਹਦਾ ਜਿਹੜਾ ਬੱਚਤ ਅੰਦਰੋਂ ਆਈ ਹੋਈ, ਚਾਹੇ ਉਹ ਗੰਨੇ ਦੀ ਮੈਲ ਦੀ ਹੈ, ਚਾਹੇ ਪਰਾਲੀ ਦੀ ਹੈ, ਚਾਹੇ ਨੈਪੀਅਰ ਘਾਹ ਦੀ ਹੈ, ਉਹ ਜਿੰਨਾ ਕੁਛ ਵੀ ਬਚੂਗਾ ਉਹ ਧਰਤੀ 'ਚ ਜਾਊਗਾ ਤਾਂ ਜਿੱਥੇ ਵੀ ਜਾਊਗਾ ਉੱਥੇ ਬਿਮਾਰੀਆਂ ਪੈਦਾ ਕਰੂਗਾ ਔਰ ਆਉਂਦੇ ਸਮੇਂ ਦੇ ਵਿੱਚ 5-10 ਸਾਲਾਂ ਦੇ ਅੰਦਰ ਇਹ ਗੱਲ ਸਾਬਤ ਕਰ ਦਿੱਤੀ ਗਈ ਸਰਕਾਰ ਨੂੰ ਕਿ ਇਹ ਫੈਕਟਰੀਆਂ ਲੱਗਣ ਦੇ ਨਾਲ ਪੰਜਾਬ ਦਾ ਮਾਲਵਾ ਖੇਤਰ ਹੈ ਪਹਿਲਾਂ ਹੀ ਕੈਂਸਰ ਦਾ ਮਰੀਜ਼ ਹੈ ਅਤੇ ਬਾਕੀ ਬਚਦਾ ਦੁਆਬਾ ਮਾਝਾ ਵੀ ਕੈਂਸਰ ਦਾ ਮਰੀਜ਼ ਬਣੂਗਾ, ਲੁਧਿਆਣਾ ਜ਼ਿਲ੍ਹਾ ਵੀ ਕੈਂਸਰ ਦਾ ਮਰੀਜ਼ ਬਣੂਗਾ। ਕਿਉਂਕਿ ਅਸੀਂ ਤਾਲਮੇਲ ਕਮੇਟੀ ਵੱਲੋਂ 10 ਸਤੰਬਰ ਨੂੰ ਸਰਕਾਰ ਦੇ ਇਸ ਰਵੱਈਏ ਦੇ ਖਿਲਾਫ ਕਿ ਉਹ ਗੱਲ ਨਹੀਂ ਸੀ ਸੁਣ ਰਹੀ, ਗੱਲ ਸੁਣਨ ਦੇ ਬਾਵਜੂਦ, ਦਲੀਲਾਂ ਸੁਣਨ ਦੇ ਬਾਵਜੂਦ ਕੋਈ ਫੈਸਲਾ ਨਹੀਂ ਸੀ ਕਰ ਰਹੀ, ਅਸੀਂ ਦਿੱਲੀ ਰੋਡ ਜਾਮ ਕਰਨ ਦਾ ਫੈਸਲਾ ਕੀਤਾ ਸੀ ਜਿਹਦੇ ਦਬਾਅ ਅਧੀਨ 8 ਤਰੀਕ ਨੂੰ ਐਤਵਾਰ ਨੂੰ ਡੀਸੀ ਲੁਧਿਆਣਾ ਦੇ ਦਫ਼ਤਰ ਦੇ ਵਿੱਚ ਇੱਕ ਐਮਰਜੈਂਸੀ ਮੀਟਿੰਗ ਤੋਂ ਬਾਅਦ ਫੈਸਲਾ ਹੋਇਆ ਕਿ ਅਸੀਂ 10 ਤਰੀਕ ਦਾ ਜਿਹੜਾ ਟ੍ਰੈਫਿਕ ਜਾਮ ਹੈ, ਚੱਕਾ ਜਾਮ ਹੈ, ਉਹਨੂੰ ਅੱਗੇ ਪਾ ਦਿੱਤਾ ਔਰ 11 ਸਤੰਬਰ ਨੂੰ ਪੰਜਾਬ ਦੇ 4 ਮੰਤਰੀਆਂ ਦੇ ਨਾਲ ਪੰਜਾਬ ਭਵਨ ਚੰਡੀਗੜ੍ਹ ਦੇ ਵਿੱਚ ਇੱਕ ਲੰਬੀ ਮੀਟਿੰਗ 2 ਦੌਰਾਂ ਦੀ ਚੱਲੀ। ਉਹਦੇ ਅੰਦਰ ਅਸੀਂ ਫਿਰ ਜ਼ੋਰ ਦੇ ਨਾਲ ਇਹ ਕਿਹਾ ਕਿ ਅਸੀਂ ਵਿਕਾਸ ਦੇ ਉਲਟ ਨਹੀਂ ਹਾਂ, ਫੈਕਟਰੀਆਂ ਦੇ ਉਲਟ ਨਹੀਂ ਹਾਂ, ਸਰਕਾਰ ਇਹ ਕਹਿੰਦੀ ਹੈ ਕਿ ਇਹਦੇ ਨਾਲ ਅਸੀਂ ਰੁਜ਼ਗਾਰ ਦੇਵਾਂਗੇ, ਪਰ ਜੇ ਫੈਕਟਰੀਆਂ ਮੌਤ ਦਾ ਸਮਾਨ ਤਿਆਰ ਕਰਦੀਆਂ, ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੀਆਂ, ਵਾਤਾਵਰਨ ਨਾਲ ਖਿਲਵਾੜ ਕਰਦੀਆਂ, ਤਾਂ ਪੰਜਾਬ ਦੇ ਲੋਕ, ਇਹਨਾਂ ਪਿੰਡਾਂ ਦੇ ਲੋਕ ਕਦੇ ਚਿੱਤੇ ਇਸ ਗੱਲ ਦੀ ਇਜਾਜ਼ਤ ਨਹੀਂ ਦੇਣਗੇ। ਭਾਵੇਂ ਕਿ ਸਰਕਾਰ ਨੇ ਇੱਕ 2-3 ਕਮੇਟੀ ਬਣਾ ਦਿੱਤੀ ਹੈ ਇਸ ਮਾਮਲੇ ਦੀ ਪੜਤਾਲ ਦੇ ਲਈ ਕਿ ਇਹਦੇ ਲੱਗਣ ਦੇ ਨਾਲ ਕੀ ਸੱਚਮੁੱਚ ਕੈਂਸਰ ਪੈਦਾ ਹੋਊਗਾ,
ਜਾਂ ਹੋਰ ਬਿਮਾਰੀਆਂ ਪੈਦਾ ਹੋਣਗੀਆਂ, ਇਹਦੇ ਨਾਲ ਪ੍ਰਦੂਸ਼ਣ ਕਿੰਨਾ ਕੁ ਪੈਦਾ ਹੋਊਗਾ, ਇਹਦੇ ਨਾਲ ਲੋਕਾਂ ਦੀ ਸਿਹਤ 'ਤੇ ਕਿੰਨਾ ਕੁ ਮਾੜਾ ਅਸਰ ਹੋਊਗਾ, ਇਹਦੇ ਲਈ ਮੀਟਿੰਗਾਂ ਦਾ ਦੌਰ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ, ਔਰ ਸਰਕਾਰ ਨੇ ਕਿਹਾ ਕਿ 21 ਸਤੰਬਰ ਤੱਕ ਅਸੀਂ ਰਿਪੋਰਟ ਫਾਈਨਲ ਕਰ ਲਾਂਗੇ। ਇਹ ਰਿਪੋਰਟ ਜੋ ਵੀ ਆਵੇ, ਕਿਸੇ ਤਰ੍ਹਾਂ ਦੀ ਵੀ ਆਵੇ, ਅੱਜ ਦੇ ਇਸ ਇਕੱਠ ਦੇ ਅੰਦਰ ਪੂਰਾ ਲੁਧਿਆਣਾ ਜ਼ਿਲ੍ਹਾ ਔਰ ਇਲਾਕੇ ਦੇ ਪਿੰਡਾਂ ਦੇ ਲੋਕ, ਪੰਜ ਸਰਪੰਚ, ਪੰਚਾਇਤਾਂ, ਕਿਸਾਨ ਮਜ਼ਦੂਰ ਜਥੇਬੰਦੀਆਂ, ਉਹਨਾਂ ਨੇ ਇਕੱਠਿਆਂ ਹੋ ਕੇ ਹਜ਼ਾਰਾਂ ਦੀ ਗਿਣਤੀ 'ਚ ਮਾਵਾਂ ਭੈਣਾਂ ਨੇ, ਬੱਚਿਆਂ ਨੇ, ਨੌਜਵਾਨਾਂ ਨੇ, ਬਜ਼ੁਰਗਾਂ ਨੇ ਇਕੱਠ ਕਰਕੇ ਅੱਜ ਇਹ ਮਤਾ ਪਾਸ ਕਰ ਦਿੱਤਾ ਕਿ ਕਿਸੇ ਵੀ ਸੂਰਤ ਦੇ ਵਿੱਚ ਕਿਸੇ ਵੀ ਢੰਗ ਨਾਲ ਇਹ ਫੈਕਟਰੀਆਂ ਕਦਾ ਚਿੱਤ ਨਹੀਂ ਚੱਲਣ ਦਿੱਤੀਆਂ ਜਾਣਗੀਆਂ। ਪੰਜਾਬ ਸਰਕਾਰ ਨੂੰ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਨਤੀ ਹੈ ਕਿ ਇਹ ਫੈਕਟਰੀਆਂ ਤੁਰਤ ਆਧਾਰ 'ਤੇ ਜਿਹੜੀਆਂ ਬੰਦ ਕੀਤੀਆਂ ਜਾਣ, ਲਾਇਸੈਂਸ ਕੈਂਸਲ ਕੀਤੇ ਜਾਣ।